ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਵੀਡੀਓ ਜਿਹਦੇ ਵਿੱਚ ਆਪਾਂ ਬਹੁਤ ਮਹੱਤਵਪੂਰਨ ਪ੍ਰਸ਼ਨ ਕਰਵਾਵਾਂਗੇ ਜੋ ਕਿ ਇਨਕਲੂਸਿਵ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੋਣਗੇ ਸਮਾਵੇਸੀ ਸਿੱਖਿਆ ਦੇ ਨਾਲ ਸੰਬੰਧਿਤ ਹੋਣਗੇ ਸੋ ਦੋਸਤੋ ਤੁਹਾਡੇ ਪੇਪਰ ਦੇ ਪੁਆਇੰਟ ਆ ਰਿਵਿਊ ਤੋਂ ਤੁਹਾਡੇ ਲਈ ਬੜੀ ਲਾਹੇਵੰਦ ਇਹ ਵੀਡੀਓ ਹੋਵੇਗੀ ਪੀਐਸਟੈਟ ਦੇ ਵਿੱਚ ਵੀ ਇਸ ਟਾਪਿਕ ਦੇ ਨਾਲ ਸੰਬੰਧਿਤ ਇੱਕ ਦੋ ਪ੍ਰਸ਼ਨ ਹਰ ਇੱਕ ਪੇਪਰ ਦੇ ਵਿੱਚ ਆਉਂਦੇ ਨੇ ਪੀਐਸਟੈਟ ਦੇ ਪੇਪਰ ਦੇ ਵਿੱਚ ਜੇਕਰ ਆਪਾਂ ਪ੍ਰੀਵੀਅਸ ਪੇਪਰਾਂ ਦੀ ਗੱਲ ਕਰੀਏ ਤਾਂ ਹਰ ਪੇਪਰ ਦੇ ਵਿੱਚ ਪੀਐਸ ਟੈਟ ਦੇ ਪੇਪਰ 'ਚ ਸੀ ਟੈਟ ਦੇ ਪੇਪਰ 'ਚ ਐਚ ਟੈਟ ਦੇ ਪੇਪਰ 'ਚ ਇਹਨਾਂ ਸਾਰੇ ਪੇਪਰਾਂ ਦੇ ਵਿੱਚ ਇਸ ਦੇ ਵਿੱਚੋਂ ਇਸ ਟੌਪਿਕ ਦੇ ਵਿੱਚੋਂ ਇੱਕ ਅਦਾ ਪ੍ਰਸ਼ਨ ਜ਼ਰੂਰ ਆਇਆ ਹੋਇਆ ਹੈ ਸੋ ਕਿ ਜਿਵੇਂ ਪ੍ਰੀਪ੍ਰਾਇਮ ਦੀਆਂ 83 93 ਪੋਸਟਾਂ ਨੇ ਉਹਨਾਂ ਦੇ ਸਲੇਸ ਦੇ ਵਿੱਚ ਸੀ ਡੀਪੀ ਦਾ ਜੋ ਪੋਰਸ਼ਨ ਹੈ ਉਹਦੇ ਵਿੱਚ ਵੀ ਇਹ ਬਕਾਇਦਾ ਟੌਪਿਕ ਦਾ ਨਾਮ ਦਰਜ ਹੈਗਾ ਸੋ ਦੋਸਤੋ ਇਹ ਵੀਡੀਓ ਤੁਹਾਡੇ ਲਈ ਬੜੀ ਲਾਹੇਵੰਦ ਹੋਏਗੀ ਸੋ ਇਹਦੇ ਬਹੁਤ ਕੀਮਤੀ ਪ੍ਰਸ਼ਨ ਆਪਾਂ ਤੁਹਾਨੂੰ ਕਰਾ ਰਹੇ ਹਾਂ ਸਮਾਵੇਸੀ ਸਿੱਖਿਆ ਕੀ ਹੈ ਕਿਵੇਂ ਲਾਗੂ ਹੁੰਦੀ ਹੈ ਕਿੰਨਾ ਬੱਚਿਆਂ ਤੇ ਲਾਗੂ ਹੁੰਦੀ ਹੈ ਕੀ ਇਹਦਾ ਖੇਤਰ ਹੈ ਕੀ ਇਹਦਾ ਪ੍ਰੋਗਰਾਮ ਹੈ ਸੋ ਸ਼ੁਰੂ ਕਰਦੇ ਆਂ ਅੱਜ ਦੀ ਅੱਜ ਦਾ ਪਹਿਲਾ ਪ੍ਰਸ਼ਨ ਵੀਡੀਓ ਨੂੰ ਅੰਤ ਤੱਕ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਗਰੂ ਸਟੱਡੀ ਪੁਆਇੰਟ ਤੇ ਤੁਹਾਡੇ ਲਈ ਲਾਹੇਵੰਦ ਵੀਡੀਓ ਜੇ ਆਪਾਂ ਲੈ ਕੇ ਆਉਂਦੇ ਆਂ ਹਰ ਦਿਨ ਸੋ ਪਹਿਲਾ ਪ੍ਰਸ਼ਨ ਦੇਖਦੇ ਆਂ ਸਮਾਵੇਸੀ ਸਿੱਖਿਆ ਕਿਹੜੇ ਸਿਧਾਂਤ ਤੇ ਆਧਾਰਿਤ ਹੈ ਨਿਰਪੱਖਤਾ ਤੇ ਸਮਾਨ ਮੌਕੇ ਸਮਾਜਿਕ ਹੋਂਦ ਅਤੇ ਵਿਸ਼ਵਿਕਰਣ ਵਿਸ਼ਵ ਭਾਈਚਾਰਾ ਜਾਂ ਸਮਾਜਿਕ ਸੰਤੁਲਨ ਸੋ ਦੋਸਤੋ ਆ ਨਿਰਪੱਖਤਾ ਤੇ ਸਮਾਨ ਮੌਕੇ ਤੇ ਆਧਾਰਿਤ ਹੁੰਦੀ ਹੈ অপਸ਼ਨ ਨੰਬਰ ਊੜਾ ਸਹੀ ਹੈ ਜੀ ਇਸ ਪ੍ਰਸ਼ਨ ਦਾ ਜਿਹੜੀ ਸਮਾਵੇਸੀ ਸਿੱਖਿਆ ਹੁੰਦੀ ਹੈ ਦੋਸਤੋ ਉਹ ਸਾਰੇ ਬੱਚਿਆਂ ਲਈ ਨਿਰਪੱਖ ਹੁੰਦੀ ਹੈ ਤੇ ਸਮਾਨ ਮੌਕੇ ਪ੍ਰਦਾਨ ਕਰਦੀ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਇੱਕ ਪਾਸੇ ਬੱਚਾ ਬਹੁਤ ਇੰਟੈਲੀ ਇੰਟੈਲੀਜੈਂਟ ਹੋਵੇ ਕੋਈ ਪਛੜਿਆ ਬੱਚਾ ਹੋਵੇ ਕਿਸੇ ਵੀ ਪੱਖ ਤੋਂ ਵਿਕਲਾੰਗ ਹੋਵੇ ਇਹ ਸਾਰੇ ਬੱਚਿਆਂ ਨੂੰ ਇਕੱਠਾ ਕਰਕੇ ਪੜਾਉਣ ਦਾ ਇੱਕ ਸਿਧਾਂਤ ਹੈਗਾ ਇੱਕੋ ਹੀ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਇਕੱਠੇ ਰੂਪ ਵਿੱਚ ਪੜਾਉਣਾ ਹੀ ਸਮਾ ਵਿੱਚ ਬੇਸੀ ਸਿੱਖਿਆ ਹੁੰਦੀ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਪ੍ਰਸ਼ਨ ਨੰਬਰ 2 ਦੋਸਤੋ ਕਿਸੇ ਸਮਾਵੇਸੀ ਢਾਂਚੇ ਵਿੱਚ ਕੀ ਸ਼ਾਮਲਾ ਦੇਖਦੇ ਹਾਂ ਹਰ ਬੱਚਾ ਆਪਣੇ ਆਪ ਨੂੰ ਸਕੂਲ ਦੇ ਸਿਸਟਮ ਅਨੁਸਾਰ ਢਾਲ ਲੈਂਦਾ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੱਖਰੀਆਂ ਜਮਾਤਾਂ ਵਿੱਚ ਪੜਦੇ ਹਨ ਸਕੂਲ ਦਾ ਕਰੀਕੁਲਮ ਲਚਕੀਲਾ ਹੁੰਦਾ ਹੈ ਤਾਂ ਕਿ ਹਰੇਕ ਬੱਚੇ ਅਨੁਸਾਰ ਢਲ ਜਾਵੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਰੇ ਬੱਚੇ ਸਿਰਫ ਇੱਕ ਦੂਜੇ ਨਾਲ ਖੇਡਦੇ ਨੇ ਸੋ ਪ੍ਰਸ਼ਨ ਦੇ ਮੁਤਾਬਕ ਈਡੀ ਆਪਸ਼ਨ ਜਿਹੜੀ ਆਪਣੀ ਸਹੀ ਠੁਕਦੀ ਹੈ ਜੀ ਇੱਥੇ ਸਕੂਲ ਦਾ ਜਿਹੜਾ ਕਰੀਕੁਲਮ ਹੈ ਸਕੂਲ ਦਾ ਜਿਹੜਾ ਪਾਠਕ੍ਰਮ ਹੈ ਉਹ ਬੜਾ ਲਚਕੀਲਾ ਹੁੰਦਾ ਹੈ ਹਰੇਕ ਬੱਚੇ ਦੇ ਅਨੁਸਾਰ ਢਲ ਜਾਂਦਾ ਚਾਹੇ ਉਹ ਵੈਰੀ ਇੰਟੈਲੀਜੈਂਟ ਹੋਵੇ ਚਾਹੇ ਉਹ ਪਛੜਿਆ ਬੱਚਾ ਹੋਵੇ ਚਾਹੇ ਉਹ ਵਿਕਲਾੰਗ ਬੱਚਾ ਹੋਵੇ ਜਾਂ ਕਿਸੇ ਵੀ ਕਾਰਨ ਤੋਂ ਪ੍ਰਭਾਵਿਤ ਹੋਵੇ ਤਉ ਇਸ ਤਰ੍ਹਾਂ ਦਾ ਲਚਕੀਲਾ ਕਰਿਕਲਮ ਹੁੰਦਾ ਜੋ ਕਿ ਹਰ ਬੱਚੇ ਦੇ ਅਨੁਸਾਰ ਢਲ ਜਾਂਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ 3 ਨੰਬਰ ਪ੍ਰਸ਼ਨ ਜੀ ਜੋ ਕਿ ਸਮਾਵੇਸੀ ਸਿੱਖਿਆ ਦੇ ਨਾਲ ਹੀ ਸੰਬੰਧਿਤ ਨੇ ਸਾਰੇ ਪ੍ਰਸ਼ਨ ਅੱਜ ਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਸਾਡਾ ਹੌਂਸਲਾ ਵਧੇ ਅਸੀਂ ਹੋਰ ਵੀਡੀਓ ਤੁਹਾਡੇ ਲਈ ਤੁਹਾਡੇ ਲਈ ਲਾਹੇਵੰਦ ਵੀਡੀਓ ਲੈ ਕੇ ਆਈਏ ਪ੍ਰਸ਼ਨ ਨੰਬਰ 3 ਦੇਖਦੇ ਹਾਂ ਸਮਾਵੇਸੀ ਕਲਾਸ ਰੂਮ ਵਿੱਚ ਇੱਕ ਅਧਿਆਪਕ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਕੀ ਹੈ ਜਮਾਤ ਲਈ ਯੋਜਨਾ ਬਣਾਉਣਾ ਤਾਂ ਕਿ ਹਰੇਕ ਬੱਚਾ ਇੱਕ ਸਮਾਨ ਗਤੀ ਨਾਲ ਪ੍ਰਗਤੀ ਕਰ ਸਕੇ ਜਮਾਤ ਨੂੰ ਮਿਆਰੀ ਹਦਾਇਤਾਂ ਦੇਣਾ ਯਕੀਨੀ ਬਣਾਉਣਾ ਬੱਚਿਆਂ ਦੇ ਮਾਤਾ ਪਿਤੇ ਬਾਰੇ ਜਾਣਨਾ ਤਾਂ ਕਿ ਬੱਚਿਆਂ ਦੇ ਭਵਿੱਖ ਦੇ ਕਿੱਤੇ ਬਾਰੇ ਜਾਣਿਆ ਜਾ ਸਕੇ ਜੀਕੀਨੀ ਬਣਾਉਣਾ ਕਿ ਹਰ ਬੱਚੇ ਨੂੰ ਆਪਣੀ ਸਮਰੱਥਾ ਦੇ ਅਹਿਸਾਸ ਲਈ ਮੌਕੇ ਮਿਲੇ ਸੋ ਆਪਸ਼ਨ ਨੰਬਰ ਸਸਾ ਹੋਰੇ ਸਹੀ ਹੈ ਜੀ ਯਕੀਨੀ ਬਣਾ ਦੇਣਾ ਇਹ ਗੱਲ ਨੂੰ ਕਿ ਹਰ ਬੱਚੇ ਨੂੰ ਆਪਣੀ ਸਮਰੱਥਾ ਦੇ ਅਹਿਸਾਸ ਲਈ ਮੌਕਾ ਮਿਲੇ ਬੱਚੇ ਦੀ ਜਿੰਨੀ ਕਿ ਸਮਰਥ ਹੈਗੀ ਉਹਨਾਂ ਕੋ ਨੂੰ ਮੌਕਾ ਮਿਲਣਾ ਜ਼ਰੂਰ ਚਾਹੀਦਾ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 4 ਦੋਸਤੋ ਸਮਾਵੇਸੀ ਸਿੱਖਿਆ ਦੇਣ ਪਿੱਛੇ ਮੂਲ ਕਾਰਨ ਕੀ ਹੈ ਤਾਂ ਕਿ ਹਰੇਕ ਬੱਚੇ ਦੀ ਕਾਰਜ ਯੋਗਾਰੀ ਲਈ ਇੱਕ ਸਮਾਨ ਅਤੇ ਮਿਆਰੀ ਪੈਮਾਨੇ ਹੋ ਸਕਣ ਸਮਾਜ ਵਿੱਚ ਪਿੰਤਾ ਮਹਾਨ ਇਸ ਲਈ ਸਕੂਲ ਨੂੰ ਸਮਾਵੇਸੀ ਹੋਣ ਦੀ ਲੋੜ ਹੈ ਸਾਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਤਰਸ ਕਰਕੇ ਉਹਨਾਂ ਨੂੰ ਸਹੂਲਤਾਂ ਮਹੱਈਆ ਕਰਾਉਣਾ ਕਰਾਉਣਾ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲੱਗ ਸਕੂਲ ਮਹੱਈਆ ਨਹੀਂ ਕਰਵਾਏ ਜਾ ਸਕਦੇ ਸੋ ਦੋਸਤੋ ਆਪਸ਼ਨ ਨੰਬਰ ਆੜਾ ਸਹੀ ਹੈ ਜੀ ਇਸ ਪ੍ਰਸ਼ਨ ਦੇ ਅਕੋਰਡਿੰਗ ਸਮਾਜ ਵਿੱਚ ਭਿੰਨਤਾ ਮਹਨ ਇਸ ਲਈ ਸਕੂਲਾਂ ਨੂੰ ਸਮਾਵੇਸੀ ਹੋਣ ਦੀ ਲੋੜ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਆੜਾ ਆਪਸ਼ਨ ਜੀ ਪੰਜ ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਸਮਾਵੇਸ਼ ਦਾ ਅਰਥ ਹੈ ਕਿ ਇੱਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਨਿਯਮਤ ਕਲਾਸ ਵਿੱਚ ਸਿੱਖਿਆ ਦੇਣਾ ਕੁਝ ਸਮੇਂ ਲਈ ਦੇਣਾ ਵੱਧ ਤੋਂ ਵੱਧ ਸਮੇਂ ਲਈ ਦੇਣਾ ਪੂਰੇ ਸਮੇਂ ਲਈ ਸਕੂਲ ਵਿੱਚ ਸਮਾਜਿਕ ਗਤੀਵਿਧੀਆਂ ਦਰਉਣ ਲਈ ਸੋ ਦੋਸਤੋ ਇਹ ਪੂਰੇ ਸਮੇਂ ਲਈ ਦੇਣਾ ਹੀ ਹੁੰਦਾ ਜੀ অপਸ਼ਨ ਨੰਬਰ ਈਡੀ ਸਹੀ ਹੈ ਪ੍ਰਸ਼ਨ ਦੇ ਮੁਤਾਬਕ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 6 ਦੋਸਤੋ ਸਿੱਖਣ ਅਸਮਰਥਾ ਵਾਲੇ ਬੱਚਿਆਂ ਦੀ ਪ੍ਰਗਤੀ ਨੂੰ ਚੈੱਕ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਵੱਧ ਟੁਕਮੀ ਵਿਧੀ ਕਿਹੜੀ ਹੈ ਕੇਸ ਸਟਡੀ ਹਕਾਇਤੀ ਰਿਕਾਰਡ ਵਿਵਹਾਰ ਦਾ ਮਾਪਦੰਡ ਵਿਵਹਾਰਿਕ ਰਚਨਾ ਦਾ ਨਰੀਖਣ ਸੋ ਦੋਸਤੋ ਆਪਸ਼ਨ ਨੰਬਰ ਸ ਆਪਸ਼ਨ ਨੰਬਰ ਸ ਸਹੀ ਹੈ ਜੀ ਵਿਵਹਾਰਿਕ ਰਚਨਾ ਦਾ ਨਰੀਖਣ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 7 ਨੰਬਰ ਪ੍ਰਸ਼ਨ ਬੋਲਣ ਸੰਬੰਧੀ ਵਿਕਾਰ ਵਾਲੇ ਬੱਚੇ ਦੀ ਸਹਾਇਤਾ ਕਿਵੇਂ ਕੀਤੀ ਜਾ ਸਕਦੀ ਹੈ ਜਿਹੜੇ ਬੱਚੇ ਨੂੰ ਬੋਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਬੋਲਣ ਦੇ ਵਿੱਚ ਉਹਨੂੰ ਦਿੱਕਤ ਆਉਂਦੀ ਹੈ ਉਹਦੀ ਸਹਾਇਤਾ ਕਿਵੇਂ ਕੀਤੀ ਜਾ ਸਕਦੀ ਹੈ ਉਸ ਨੂੰ ਜਮਾਤ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਕੇ ਧੁਨੀਆਂ ਨੂੰ ਸਹੀ ਢੰਗ ਨਾਲ ਉਚਾਰਨ ਵਿੱਚ ਉਸਦੀ ਮਦਦ ਕਰਕੇ ਉਸ ਦੇ ਬੋਲਣ ਵਿੱਚ ਤਰੁੱਟੀਆਂ ਦੀ ਉਸ ਨੂੰ ਪਛਾਣ ਕਰਾ ਕੇ ਸੰਪੂਰਨ ਆਂਕਲਨ ਲਈ ਉਸ ਨੂੰ ਵਿਸ਼ੇਸ਼ਕ ਕੋਲ ਭੇਜ ਕੇ ਸੋ ਦੋਸਤੋ অপਸ਼ਨ ਨੰਬਰ ਸ ਸਹੀ ਹੈ ਜੀ ਉਹਦੇ ਸੰਪੂਰਨ ਅੰਕਣ ਲਈ ਉਸ ਨੂੰ ਵਿਸ਼ੇਸ਼ ਅਲੱਗ ਕੋਲੇ ਭੇਜਣਾ ਜ਼ਰੂਰੀ ਹੈ ਜੋ ਕਿ ਉਹਦੀ ਮਦਦ ਕਰ ਸਕੇ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 8 ਨੰਬਰ ਪ੍ਰਸ਼ਨ ਸਮਾਵੇਸੀ ਜਮਾਤ ਉਹ ਹੈ ਜਿਸ ਵਿੱਚ ਅਲੱਗ ਤਰ੍ਹਾਂ ਨਾਲ ਸਮਰੱਥ ਬੱਚੇ ਸਧਾਰਨ ਬੱਚਿਆਂ ਨਾਲ ਸਿੱਖਿਆ ਪ੍ਰਾਪਤ ਕਰਦੇ ਹਨ ਵੱਖ-ਵੱਖ ਧਰਮਾਂ ਦੇ ਬੱਚੇ ਇਕੱਠੇ ਸਿੱਖਿਆ ਪ੍ਰਾਪਤ ਕਰਦੇ ਹਨ ਲੜਕੇ ਤੇ ਲੜਕੀਆਂ ਇਕੱਠੇ ਸਿੱਖਿਆ ਪ੍ਰਾਪਤ ਕਰਦੇ ਹਨ ਵੱਖ-ਵੱਖ ਦੇਸ਼ਾਂ ਦੇ ਬੱਚੇ ਇਕੱਠੇ ਸਿੱਖਿਆ ਪ੍ਰਾਪਤ ਕਰਦੇ ਹਨ ਸੋ ਆਪਸ਼ਨ ਨੰਬਰ ਊੜਾ ਸਹੀ ਹੈ ਜੀ ਅਲੱਗ-ਅਲੱਗ ਤਰ੍ਹਾਂ ਨਾਲ ਸਮਰੱਥ ਬੱਚੇ ਹੁੰਦੇ ਨੇ ਜਿਹੜੇ ਅਲੱਗ-ਅਲੱਗ ਕੁਆਲਿਟੀ ਦੇ ਬੱਚੇ ਹੁੰਦੇ ਨੇ ਪਛੜੇ ਹੋਣ ਵਿਕਲਾੰਗ ਹੋਣ ਬਹੁਤ ਤੇਜ਼ ਹੋਣ ਉਹ ਸਾਰੇ ਇਕੱਠੇ ਹੀ ਸਿੱਖਿਆ ਪ੍ਰਾਪਤ ਕਰਦੇ ਨੇ ਸਮਾ ਵਿੱਚ ਬੇਸੀ ਜਮਾਤ ਦੇ ਵਿੱਚ ਆਪਸ਼ਨ ਨੰਬਰ ਊੜਾ ਸਹੀ ਹੈ ਜੀ 9 ਨੰਬਰ ਪ੍ਰਸ਼ਨ ਦੋਸਤੋ ਸਮਾਵੇਸੀ ਸਿੱਖਿਆ ਅਜਹੀ ਸਕੂਲ ਸਿੱਖਿਆ ਨੂੰ ਵਧਾਉਣ ਤੇ ਜ਼ੋਰ ਦਿੰਦੀ ਹੈ ਦੇਖਦੇ ਹਾਂ ਕਿ ਉਹ ਜੀ ਸਿੱਖਿਆ ਨੂੰ ਵਧਾਉਣ ਤੇ ਜ਼ੋਰ ਦਿੰਦੀ ਹੈ ਜਿਹੜੀ ਸਮਾਵੇਸੀ ਸਿੱਖਿਆ ਹੈ ਸਿਰਫ ਲੜਕੀਆਂ ਦੀ ਸਿੱਖਿਆ ਨੂੰ ਵਧਾਉਣ ਤੇ ਜ਼ੋਰ ਦਿੰਦੀ ਹੈ ਇਹ ਗੱਲ ਠੀਕ ਨਹੀਂ ਇਕੱਲੀਆਂ ਲੜਕੀਆਂ ਦੀ ਸਿੱਖਿਆ ਨੂੰ ਨਹੀਂ ਵਧਾਉਂਦੀ ਵਿਕਲਾੰਗ ਬੱਚਿਆਂ ਨੂੰ ਵੱਖਰੇ ਸਕੂਲਾਂ ਵਿੱਚ ਸ਼ਾਮਲ ਕਰਦੀ ਹੈ ਇਹ ਵੀ ਠੀਕ ਨਹੀਂ ਹੈਗੀ ਗੱਲ ਸਰੀਰਕ ਬੌਧਿਕ ਸਮਾਜਿਕ ਭਾਸ਼ਾਈ ਤੌਰ ਤੇ ਵਿਕਲਾੰਗ ਬੱਚਿਆਂ ਨੂੰ ਬਿਨਾਂ ਭੇਦਭਾਵ ਤੋਂ ਸ਼ਾਮਲ ਕਰਦੀ ਹੈ ਸੋ ਆਪਸ਼ਨ ਨੰਬਰ ਈਡੀ ਇੱਥੇ ਆਪਣੀ ਸਹੀ ਬਣਦੀ ਹੈ ਜੀ ਸਰੀਰਕ ਬੌਧਿਕ ਸਮਾਜਿਕ ਪਛਾਈ ਤੌਰ ਤੇ ਵਿਕਲੈਂਗ ਬੱਚੇ ਨੇ ਜਿਹੜੇ ਉਹਨਾਂ ਨੂੰ ਬਿਨਾ ਭੇਦ ਭਾਵ ਤੋਂ ਸ਼ਾਮਲ ਕਰਦੀ ਹੈ ਜਮਾਤ ਦੇ ਵਿੱਚ ਸਮਾਵੇਸੀ ਸਿੱਖਿਆ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 10 ਦੋਸਤੋ ਹੇਠ ਲਿਖਿਆਂ ਚੋਂ ਕਿਹੜੇ ਕਿਹੜੀ ਪਛੜੇ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ ਸੋ ਨਹੀਂ ਤੇ ਆਪਾਂ ਵੱਧ ਧਿਆਨ ਕੇਂਦਰ ਕਰਨਾ ਹੈ ਨਹੀਂ ਗੱਲ ਪੁੱਛੀ ਗਈ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਪਛੜੇ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ ਆਪਣੀ ਕੁਦਰਤੀ ਯੋਗਤਾ ਤੋਂ ਘੱਟ ਸਿੱਖਿਆ ਪ੍ਰਾਪਤੀਆਂ ਸਧਾਰਨ ਸਕੂਲ ਕਾਰਜ ਨਾਲ ਆਪਣੀ ਗਤੀਵਿਧੀ ਨੂੰ ਕਾਇਮ ਨਾ ਰੱਖ ਪਾਉਣਾ ਆਪਣੀ ਉਮਰ ਦੇ ਬੱਚਿਆਂ ਤੋਂ ਕਾਫੀ ਪਿੱਛੇ ਹੋਏ ਹੋਣਾ ਉੱਚ ਬੁੱਧੀ ਵਾਲੇ ਹੁੰਦੇ ਹਨ ਸੋ ਆਪਸ਼ਨ ਨੰਬਰ ਸ ਸਹੀ ਹੈ ਜੀ ਇਹ ਬੱਚੇ ਹੁੰਦੇ ਨੇ ਜਿਹੜੇ ਪਛੜੇ ਬੱਚੇ ਇਹ ਉੱਚ ਬੁੱਧੀ ਵਾਲੇ ਨਹੀਂ ਹੁੰਦੇ ਸੋ ਇਹ ਆਪਸ਼ਨ ਪ੍ਰਸ਼ਨ ਦੇ ਮੁਤਾਬਕ ਠੀਕ ਹੈ ਜੀ ਇਹਦੇ ਵਿੱਚ ਨਹੀਂ ਪੁੱਛਿਆ ਗਿਆ ਸੀ ਵੀ ਜਿਹੜੇ ਪਛੜੇ ਬੱਚੇ ਚੇ ਨੇ ਉਹਨਾਂ ਦੀ ਵਿਸ਼ੇਸ਼ਤਾ ਨਹੀਂ ਕਿਹੜੀ ਹੈਗੀ ਇਹਨਾਂ ਚੋਂ ਇਹ ਉੱਚ ਬੁੱਧੀ ਵਾਲੇ ਨਹੀਂ ਹੁੰਦੇ ਇਹ ਠੀਕ ਬਣਦੀ ਹੈ ਇੱਥੇ ਇਹ ਆਪਸ਼ਨ ਅਗਲਾ ਪ੍ਰਸ਼ਨ ਦੇਖਦੇ ਆ 11 ਨੰਬਰ ਪ੍ਰਸ਼ਨ ਦੋਸਤੋ ਸਿੱਖਣ ਅਸਮਰੱਥਾ ਵਾਲੇ ਬੱਚੇ ਬਹੁਤ ਸੂਝਵਾਨ ਅਤੇ ਪਰਪੱਖ ਹੁੰਦੇ ਨੇ ਸਿੱਖਣ ਦੇ ਕੁਝ ਪਹਿਲੂਆਂ ਵਿੱਚ ਸੰਘਰਸ਼ ਕਰਦੇ ਨੇ ਕੁਝ ਨਹੀਂ ਸਿੱਖ ਸਕਦੇ ਬਹੁਤ ਕਿਰਿਆਸ਼ੀਲ ਹੁੰਦੇ ਨੇ ਅਤੇ ਬੁੱਧੀ ਲੈਵਲ ਘੱਟ ਹੁੰਦਾ ਹੈ ਸੋ ਆਪਸ਼ਨ ਨੰਬਰ ਆੜਾ ਆੜਾ ਸਹੀ ਹੈ ਜੀ ਇੱਥੇ ਸਿੱਖਣ ਦੇ ਕੁਝ ਪਹਿਲੂਆਂ ਵਿੱਚ ਸੰਘਰਸ਼ ਕਰਦੇ ਨੇ ਸਿੱਖਣ ਅਸਮਰੱਥਾ ਵਾਲੇ ਬੱਚੇ ਆਪਸ਼ਨ ਨੰਬਰ ਆੜਾ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਰਣਨੀਤੀ ਜ਼ਿਆਦਾ ਉਪਯੁਕਤ ਹੈ ਜੀ ਵੱਧ ਤੋਂ ਵੱਧ ਬੱਚਿਆਂ ਨੂੰ ਸ਼ਾਮਲ ਕਰਦੇ ਹੋਏ ਕਲਾਸ ਵਿੱਚ ਚਰਚਾ ਕਰਨਾ ਬੱਚਿਆਂ ਨੂੰ ਸ਼ਾਮਲ ਕਰਦੇ ਹੋਏ ਅਧਿਆਪਕ ਦੁਆਰਾ ਨਿਰਦੇਸ਼ ਦੇਣਾ ਸਹਿਯੋਗੀ ਸਿੱਖਣਾ ਤੇ ਸਾਥੀ ਅਧਿਆਪਨ ਰਾਹੀਂ ਅਧਿਆਪਨ ਲਈ ਯੋਗਤਾ ਆਧਾਰਿਤ ਸਮੂਹੀਕਰਨ ਆਪਸ਼ਨ ਨੰਬਰ ਆੜਾ ਈ ਡੀ ਸਹੀ ਹੈ ਜੀ ਪ੍ਰਸ਼ਨ ਦੇ ਮੁਤਾਬਕ ਸਹਿਯੋਗੀ ਸਿੱਖਣਾ ਤੇ ਸਾਥੀ ਅਧਿਆਪਨ ਦੇ ਅਨੁਸਾਰ ਆਪਸ਼ਨ ਨੰਬਰ ਈ ਡੀ 13 ਨੰਬਰ ਪ੍ਰਸ਼ਨ ਦੋਸਤੋ ਮਾਨਸਿਕ ਰੂਪ ਵਿੱਚ ਪਛੜੇ ਬੱਚਿਆਂ ਲਈ ਹੀਟ ਲਿਖਿਆਂ ਵਿੱਚੋਂ ਕਿਹੜੀ ਰਣਨੀਤੀ ਕਾਰਜ ਕਰੇਗੀ ਕਾਰਜਾਂ ਨੂੰ ਮੂਰਤ ਰੂਪ ਵਿੱਚ ਸਮਝਾਉਣਾ ਬੱਚਿਆਂ ਨੂੰ ਲਕਸ਼্য ਨਿਰਧਾਰਿਤ ਕਰਨ ਲਈ ਉਤਸ਼ਾਹਿਤ ਕਰਨਾ ਸੈਲਫ ਸਟਡੀ ਲਈ ਮੌਕੇ ਪ੍ਰਦਾਨ ਕਰਨਾ ਸਹਾਇਤਾ ਲਈ ਬਾਰੀ ਸਾਧਨਾਂ ਨੂੰ ਪ੍ਰਾਪਤ ਕਰਨਾ ਆਪਸ਼ਨ ਨੰਬਰ ਊੜਾ ਪ੍ਰਸ਼ਨ ਦੇ ਮੁਤਾਬਕ ਸਹੀ ਆਊਗਾ ਜੀ ਕਾਰਜਾਂ ਨੂੰ ਮੂਰਤ ਰੂਪ ਵਿੱਚ ਸਮਝਾਉਣਾ ਜੋ ਮਾਨਸਿਕ ਰੂਪ ਵਿੱਚ ਪਛੜੇ ਬੱਚੇ ਨੇ ਜੇਕਰ ਉਹਨਾਂ ਨੂੰ ਆਪਾਂ ਕੋਈ ਤਸਵੀਰ ਕੋਈ ਮੂਰਤ ਦਿਖਾ ਕੇ ਪੜ੍ਹਾਵਾਂਗੇ ਤੇ ਉਹ ਵਧੀਆ ਤਰੀਕੇ ਨਾਲ ਪੜ੍ਹਨਗੇ ਜੀ ਉਹਨਾਂ ਦਾ ਵਿਕਾਸ ਹੋਊਗਾ 14 ਨੰਬਰ ਪ੍ਰਸ਼ਨ ਦੋਸਤੋ ਲਿਖਣ ਯੋਗਤਾ 'ਚ ਕਮੀ ਡਿਸਗ੍ਰਾਫੀਆ ਡਿਸਗ੍ਰਾਫੀਆ ਡਿਸਕੈਲਕੁਲੀਆ ਡਿਸਲੈਕਸੀਆ ਸੋ ਆਪਸ਼ਨ ਨੰਬਰ ਆੜਾ ਸਹੀ ਹੈ ਜੀ ਡਿਸਗ੍ਰਾਫੀਆ ਗ੍ਰਾਫ ਤੋਂ ਗੱਲ ਯਾਦ ਰੱਖਣਾ ਹੈ ਲਿਖਣ ਦੀ ਜਿਹੜੀ ਕਮਜ਼ੋਰੀ ਹੈ ਗ੍ਰਾਫ ਮਤਲਬ ਕੋਈ ਗ੍ਰਾਫ ਬਣਾਉਣਾ ਹਨਾ ਲਿਖਣ ਨਾਲ ਸੰਬੰਧਤ ਕੋਈ ਵੀ ਚੀਜ਼ ਜਿਹੜੇ ਲਿਖਣ ਨਾਲ ਸੰਬੰਧਤ ਇਹ ਡਿਸਗ੍ਰਾਫੀਆ ਹੁੰਦੀ ਹੈ ਜ ਜਿਹਦੀ ਲਿਖਣ ਦੀ ਯੋਗਤਾ 'ਚ ਕਮੀ ਹੋਵੇ ਲਿਖਣਾ ਨਾ ਆਉਂਦਾ ਹੋਵੇ ਸਹੀ ਨਾ ਲਿਖਣਾ ਆਉਂਦਾ ਹੋਵੇ ਲਿਖਣ ਦਾ ਉਹਦਾ ਵਿਗੜਿਆ ਰੂਪ ਹੁੰਦਾ ਹੋਵੇ ਸੋ ਡਿਸਗਰਾਫੀਆ ਯਾਦ ਰੱਖਣਾ ਤੁਸੀਂ 15 ਨੰਬਰ ਪ੍ਰਸ਼ਨ ਦੋਸਤੋ ਇਹ ਪ੍ਰਸ਼ਨ ਤੁਹਾਡੇ ਲਈ ਹੈਗਾ ਡੈਸ਼ ਦੇ ਵਿਚਾਰਾਂ ਤੋਂ ਬੱਚੇ ਸ ਕਿਰਿਆ ਗਿਆਨ ਨਿਰਮਾਤਾ ਅਤੇ ਛੋਟੇ ਵਿਗਿਆਨਕ ਹੁੰਦੇ ਹਨ ਜੋ ਕਿ ਸੰਸਾਰ ਬਾਰੇ ਆਪਣੇ ਸਿਧਾਂਤਾਂ ਦੀਆਂ ਰਚਨਾਵਾਂ ਕਰਦੇ ਹਨ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਸਕਿਨਰ ਨੇ ਕਹੀ ਸੀ ਇਹ ਗੱਲ ਪਾਵਲੋਵ ਨੇ ਕਹੀ ਸੀ ਜੁੰਗ ਨੇ ਜਾਂ ਪਿਆਜੇ ਨੇ ਸੋ ਇਹਦਾ ਉੱਤਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਦੇਣਾ ਇਹ ਤੁਹਾਡੇ ਲਈ ਪ੍ਰਸ਼ਨ ਹੈਗਾ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ ਸੋ ਦੋਸਤੋ ਵੀਡੀਓ ਦੇ ਵੈਰੀ ਇੰਪੋਰਟੈਂਟ ਪ੍ਰਸ਼ਨ ਸੀ ਜੋ ਕਿ ਤੁਸੀਂ ਕੀਤੇ ਨੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ